ਸ਼ਿਕਾਲ ਸਾਰਿਆਂ ਨੂੰ ਕਿੱਦਾਂ ਹੋ ਸਾਰੇ ਉਮੀਦ ਕਰਦੀ ਆ ਸਾਰੇ ਵਧੀਆ ਹੋਣਗੇ ਤੇ ਪਰ ਮੇਰਾ ਜਿਹੜਾ ਮੂਡ ਆ ਰਾਤ ਦਾ ਥੋੜਾ ਜਿਹਾ ਆਫ ਆ ਤੇ ਤੁਹਾਨੂੰ ਅੱਜ ਮੈਂ ਜੋ ਰਾਤ ਦੇ ਸਾਡੇ ਨਾਲ ਜੋ ਵਾਪਰਿਆ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨ ਲੱਗੀ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਤੇ ਜਿਹੜਾ ਰਾਤੀ ਨੇ ਜਦੋਂ ਰਾਤੀ ਪੱਠੇ ਘੁੱਟਦੇ ਪਏ ਰਾਤੀ 8 9 8 ਵਜੇ ਦਾ ਟਾਈਮ ਹੋਊਗਾ ਰਾਤ ਦੇ ਤੇ ਇੱਥੇ ਰਾਤੀ ਦਾ ਫੋਨ ਪਿਆ ਸੀ ਪਾਰਸ਼ੇ ਦੇ ਵਿੱਚ ਭਲੇਖੇ ਨਾਲ ਕਿਤੇ ਰਹਿ ਜਾਂਦਾ ਹੁੰਦਾ ਹਨਾ ਕੰਮ ਕਰਦੇ ਆ ਤੋਂ ਬੰਦਿਆਂ ਕੋਲ ਨਹੀਂ ਪਤਾ ਲੱਗਦਾ ਹੈਗਾ ਤੇ ਇੱਥੇ ਡੈਡੀ ਦਾ ਫੋਨ ਜਿੱਦਾਂ ਗਲਤੀ ਦੇ ਨਾਲ ਪਿਆ ਰਿਆ ਤੇ ਡੈਡੀ ਇੱਥੇ ਪੱਠੇ ਕੁੱਤਰਦੇ ਪਏ ਸੀ ਪੱਠੇ ਕੁੱਤਰਦੇ ਆ ਹੀ ਨਾਲ ਹੀ ਕਿਤੇ ਫੋਨ ਵਿੱਚ ਚਲਾ ਗਿਆ ਹਾਂ ਤੇ ਡੈਡੀ ਨੇ ਦੇਖਿਆ ਤਾਂ ਇੱਕਦਮ ਉਹਦੇ ਵਿੱਚੋਂ ਅੱਗ ਨਿਕਲੀ ਕਿਉਂਕਿ ਉਹਦੇ ਵਿੱਚ ਜਦੋਂ ਬੈਟਰੀ ਹੁੰਦੀ ਨਾ ਉਹਦੇ ਨਾਲ ਅੱਗ ਲੱਗ ਗਈ ਸੀ ਤੇ ਡੈਡੀ ਨੇ ਲੱਗਾ ਕਿ ਪਤਾ ਨਹੀਂ ਵਿੱਚ ਕੀ ਚਲਾ ਗਿਆ ਤੇ ਸਾਡੇ ਕੋਲ ਡੈਡੀ ਉੱਥੇ ਆਏ ਕਿ ਇਦਾਂ ਹੋ ਗਿਆ ਸਾਨੂੰ ਦੱਸਿਆ ਡੈਡੀ ਨੇ ਕਿਹਾ ਸੀ ਵਿੱਚ ਕੂੜਾ ਕਾੜਾ ਸੱਟ ਦਿੰਦੇ ਇਦਾਂ ਦਾ ਕੋਈ ਸ਼ੀਸ਼ਾ ਸ਼ੂਸ਼ਾ ਤਾਂ ਨਹੀਂ ਵਿੱਚ ਚਲਾ ਗਿਆ ਉਹਦਾ ਕਰਕੇ ਦਿਖਾਇਆ ਪਰ ਜਦੋਂ ਫਿਰ ਆ ਕੇ ਇੱਥੇ ਚੈੱਕ ਕੀਤਾ ਗਿਆ ਤਾਂ ਇੱਥੇ ਜਿਹੜਾ ਫੋਨ ਸੀਗਾ ਤੇ ਉਹ ਵਿੱਚ ਚਲਾ ਗਿਆ ਹੋਇਆ ਸੀ ਤੇ ਉਹਦੇ ਸਾਰੇ ਟੁਕੜੇ ਮੈਂ ਤੁਹਾਨੂੰ ਦਿਖਾਉਣੀ ਆ ਉਹ ਇੱਥੇ ਪਏ ਹੋਏ ਸੀਗੇ ਆ ਜਿਹੜਾ ਤੁਹਾਨੂੰ ਫੋਨ ਵਿਖਾਉਣੀ ਪਈ ਜਿਹੜਾ ਕੱਲ ਰਾਤੀ ਕੁਤਰਿਆ ਗਿਆ ਸੀ ਸਾਰਾ ਵਿੱਚ ਆ ਗਿਆ ਹੋਇਆ ਸੀ ਤੇ ਆ ਦੇਖੋ ਆ ਇਹਦਾ ਥਲੜਾ ਹਿੱਸਾ ਵਾ ਫੋਨ ਦਾ ਜਿੱਥੇ ਹਾਂ ਆਨਰ ਦਾ ਫੋਨ ਸੀਗਾ ਉੱਪਰ ਲਿਖਿਆ ਵੀ ਹੋਇਆ ਤੇ ਬਾਕੀ ਇਹਦਾ ਕਲਰ ਬਲੂ ਕਲਰ ਦਾ ਸੀਗਾ ਦੇਖੋ ਕਿੰਨਾ ਸੋਹਣਾ ਕਲਰ ਵੀ ਸੀਗਾ ਤੇ ਆ ਕੇ ਇਹਦਾ ਮਤਲਬ ਕਿ ਕੁਛ ਹੋਵੇ ਨਾ ਤੇ ਅਸੀਂ ਕਿੰਨਾ ਮੋਟਾ ਗਾਰਡ ਵੀ ਪਵਾਇਆ ਸੀਗਾ ਆ ਦੇਖੋ ਸਾਰੀ ਆ ਜਿਹੜੀ ਆ ਬੈਕ ਸਾਈਡ ਆ ਸਾਰੀ ਆ ਬਲੂ ਵਾਲੀ ਤੇ ਆ ਬੈਟਰੀ ਹੋ ਗਈ ਜਿੱਦਾਂ ਬੈਟਰੀ ਦਾ ਵੀ ਦੇਖੋ ਕੀ ਹਾਲ ਬਣ ਗਿਆ ਤੇ ਆ ਦੇਖੋ ਕੈਮਰਾ ਕੈਮਰਾ ਵੀ ਨਹੀਂ ਦਿਖਦਾ ਪਿਆ ਕੀ ਵਿਚਾਰਾ ਐ ਹੋ ਗਿਆ ਸਾਰਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਆ ਗਾਰਡ ਸਾਰਾ ਕੁਛ ਚੂਰੋ ਚੂਰ ਹੋਇਆ ਦਿਖਦਾ ਪਿਆ ਕੋਈ ਸਿਮ ਨਹੀਂ ਦਿਖਦੀ ਹੈਗੀ ਕਿੱਧਰ ਚਲ ਗਿਆ ਸਾਰਾ ਕੁਛ ਜੋ ਤੁਹਾਨੂੰ ਦਿਖਾਇਆ ਅੱਜ ਆ ਕੀ ਆ ਹੁਣ ਇਹਦਾ ਸਮਝ ਨਹੀਂ ਆਉਂਦੀ ਪਈ ਆ ਕੀ ਚੀਜ਼ ਆ ਪਤਾ ਨਹੀਂ ਪੇਪਰ ਜੇ ਬਸ ਸਾਨੂੰ ਤਾਂ ਚੂਰਾ ਚੂਰ ਹੋਇਆ ਦਿਖਾਈ ਦੇ ਰਿਹਾ ਇਹਦੇ ਵਿੱਚ ਕੁਛ ਵੀ ਪਤਾ ਨਹੀਂ ਲੱਗਦਾ ਪਿਆ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਬਸ ਕਲਰ ਦਿਖਦਾ ਪਿਆ ਤਾਂ ਥੋੜੀ ਜਿਹੀ ਬੈਟਰੀ ਸਾਨੂੰ ਜਿੱਦਾਂ ਹਨਾ ਦਿਖਾਈ ਕੈਮਰਾ ਮਾੜਾ ਜਿਹਾ ਦਿਖਿਆ ਤੇ ਬਾਕੀ ਕਿਉਂਕਿ ਆਪਣਾ ਭਾਵਾਂ ਫੋਨ 500 ਦਾ ਵੀ ਹੋਵੇ ਹਨਾ ਤੇ ਆਪਾਂ ਨੂੰ ਕਿੰਨਾ ਫੀਲ ਹੁੰਦਾ ਮਤਲਬ ਉਹਦੇ ਵਿੱਚ ਆਪਣਾ ਨੰਬਰ ਹੁੰਦੇ ਆ ਹਨਾ ਡੈਡੀ ਦੇ ਪੁਰਾਣੇ ਨੰਬਰ ਸੀ ਜਿਹਦੇ ਵਿੱਚ ਸਾਰੇ ਸਾਰਾ ਕੁਛ ਸੀਗਾ ਇਨਫੋਰਮੇਸ਼ਨ ਸੀਗੀ ਉਹਦੇ ਵਿੱਚ ਸਾਰੀ ਤੇ ਉਹ ਸਾਰੀ ਹੁਣ ਚਲ ਗਈ ਹੋਈ ਆ ਤੇ ਇਸ ਕਰਕੇ ਜੇਕਰ ਤੁਹਾਨੂੰ ਵੀ ਕਿਸੇ ਦਾ ਫੋਨ ਇਦਾਂ ਮਿਲਦਾ ਹੈਗਾ ਤੇ ਉਹਨੂੰ ਮਤਲਬ ਡਿੱਗਾ ਹੋਇਆ ਵੀ ਮਿਲਦਾ ਹੈਗਾ ਉਹਨੂੰ ਵਾਪਸ ਕਰ ਦਿਓ ਤੇ ਕਿਉਂਕਿ ਉਹਦੇ ਵਿੱਚ ਬੰਦੇ ਦਾ ਬੜਾ ਕੁਛ ਪਿਆ ਹੁੰਦਾ ਵਾ ਪੁਰਾਣਾ ਸੰਭਾਲਿਆ ਹੁੰਦਾ ਬੰਦੇ ਨੇ ਇੰਨੇ ਟਾਈਮ ਤੋਂ ਤੇ ਜਦੋਂ ਗੁੰਮ ਜਾਵੇ ਤਾਂ ਫਿਰ ਬਹੁਤ ਦੁੱਖ ਹੁੰਦਾ ਵਾ ਤੇ ਬਸ ਆਹੀ ਤੁਹਾਨੂੰ ਦੱਸਣਾ ਸੀ ਤੇ ਹੁਣ ਇੱਕ ਵਾਰੀ ਆਪਾਂ ਉੱਥੋਂ ਚੰਗੀ ਤਰ੍ਹਾਂ ਸਫਾਈ ਕਰ ਲਈਏ ਜਗ੍ਹਾ ਤੋਂ ਕਿਉਂਕਿ ਉਹ ਜਗ੍ਹਾ ਤੇ ਜਦੋਂ ਵਿੱਚ ਸ਼ੀਸ਼ਾ ਕੱਚ ਕੁਚ ਨਾ ਚਲ ਗਿਆ ਹੋਵੇ ਤਾਂ ਫਿਰ ਮੱਝਾਂ ਨੂੰ ਮੱਝਾਂ ਦੇ ਅੰਦਰ ਨਾ ਚਲ ਜਾਵੇ ਕੁਛ ਇਦਾਂ ਦਾ ਤੇ ਇੱਥੋਂ ਸਫਾਈ ਕਰਨੀ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਆਪਾਂ ਇੱਥੋਂ ਪੱਠੇ ਚੱਕਾਂਗੇ ਫਿਰ ਇੱਥੋਂ ਆਪਾਂ ਪੂਰੀ ਤਰ੍ਹਾਂ ਸਾਫ਼ ਕਰਾਂਗੇ ਕਲੀਨ ਕਰ ਦਿੰਦੇ ਆ ਨਹੀਂ ਤੇ ਇੱਥੇ ਸਿਮਾਂ ਵੀ ਵੇਖਣੀਆਂ ਐ ਸਿਮਾਂ ਲੱਭ ਲਗੇ ਤੁਹਾਡੇ ਵਿੱਚੋਂ ਲੱਭਦੇ ਪਏ ਆ ਪੱਠਿਆਂ ਦਿਓ ਕਿ ਕੁਛ ਮਿਲ ਜਵੇ ਤਾਂ ਆ ਦੇਖੋ ਜੀਓ ਦੀ ਜਿਹੜੀ ਆ ਸਾਨੂੰ ਮਿਲੀ ਆ ਸਿਮ ਵਿੱਚੋਂ ਟੁੱਟੀ ਫੁੱਟੀ ਤੇ ਬਾਕੀ ਹਜੇ ਲੱਭਦੇ ਪਏ ਆ ਇੱਥੋਂ ਆ ਫੜ ਲੈ ਰਮਣਾ ਲੈ ਲਿਆ ਫੜਾ ਦੇ ਵੀਰੇ छोटे छोटे जो टुकड़े मिलते पे चीज आ लाभ हाँ जी मिली सानू दो विच सिमां सीगियां इक रज्जी दी विच कुतरी गई ते डैडी दी जिहड़ी विच BSNL दी सिम आ ओह मिल गई आ आ विच ही पई ट्रे दे वेखो जी मैं कहा विच होऊगी शायद ट्रे दे आ दिखा दे माड़ी जी पूरी तरह हत्थ पासे करो जी आ ट्रे दे विच ही पई होई आ देखो पूरे डैडी नू हुण चलो फायदा थोड़ा जिहा मिल गया इहने नाल दूजी कुतरी गई मेरे वाली कुतरी गई है ना जिहड़ी हां जीओ दी सी चलो मैं भी सोचा जे ट्रे लब गई शायद वे मिल जूगी आवे ट्रे सी
ਚਾਹੀਦੀ ਸੀ ਉਹ ਸਾਨੂੰ ਮਿਲ ਗਈ ਹੋਈ ਆ। ਬਸ ਹੁਣ ਆਪਾਂ ਸਾਰੇ ਇਕੱਠੇ ਜਿਹੜੇ ਆ ਸੱਟ ਆਈਏ। ਸਿਮ ਦੀ ਵੱਡੀ ਗੱਲ ਹੁੰਦੀ ਆ ਜਾਂਦੀ ਹੈ ਨਾ, ਇਹਦੇ ਵਿੱਚ ਸਾਰਾ ਡਾਟਾ ਹੁੰਦਾ ਆਪਣਾ। रूड़ी तेत नहीं सटना। मौसम आज बहुत सोहना ना। बस मम्मी भी नाल ही आए थे मेरे घर वाले भी जाने हैं। ऐदा ही ले है गया। गाइज़ इन्ने का आपां नूं मिले काफ़ी टाइम दे इदा ही आ, ते हुण आपां करके देखदे नूं एक वारी अखबार च वलेट के तेनूं घर ढक के रख दिंदे आ कि शायद हफ्ते तक पक जाण। घरे चल कोई नहीं, पानी पा देना। चंगी तरह सफाई कर लईए। लो चार भी पाई दे। अज तां लाइट है नहीं ते हुण आपां नूं बाल्टियां नाल ही धोना पैणा। ते आपां जिहड़ा पारशा वा इहनूं सारे नूं क्लीन कर दईए। चंगी तरह दंदियां नूं क्लीन कर दईए है ना, ये फिर जरूरी है सफाई करनी बाद होगी। प्रेशर जी ना मार पिछों। एक लाइट नहीं ना है अगे लियाने तो जियां तो होर औखा हो गया। एक कंट्रो की मम्मी लाइट आई कि नहीं? लाइट तो बिना बहुत औखा पानी। बस आप थान धो लिया होया, हम धुप आ गई हुई तो बस धुप के नाल सारा थान सुक जाना। तो कोई नवा आया साढ़े चैनल पर तो साढ़े चैनल में करे सबसक्राइब। फिर मिलेंगे आप कोई नवी वीडियो लैके। बाय बाय।